ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਜਗਜੀਤ ਸਿੰਘ ਡੱਲ ਅਤੇ ਅੱਜ ਤੁਹਾਨੂੰ ਅਸੀਂ ਇੱਕ ਪੁਰਾਣੇ ਬਜ਼ੁਰਗ ਦੇ ਨਾਲ ਗੱਲਬਾਤ ਕਰਵਾਵਾਂਗੇ ਜਿਸ ਦਾ ਨਾਂ ਹੈਗਾ ਸਰਦਾਰ ਪ੍ਰੀਤਮ ਸਿੰਘ, ਪਿੰਡ ਡੱਲ ਅਤੇ ਜ਼ਿਲ੍ਹਾ ਤਰਨ ਤਾਰਨ, ਜੋ ਕਿ ਸੰਨ 1947 ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਦੀ ਸਾਰੀਆਂ ਜਿਹੜੀਆਂ ਉਹ ਗੱਲਾਂ ਬਾਤਾਂ ਸਾਡੇ ਨਾਲ ਕਰਨਗੇ। ਕੀ ਹੋਇਆ, ਕਿਸ ਤਰ੍ਹਾਂ ਹੋਇਆ ਅਤੇ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਪਿੰਡ, ਅਸੀਂ ਪਹੁੰਚੇ ਹਾਂ ਪਿੰਡ ਡੱਲ ਵਿਖੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਕੀ ਨਾਂ ਜੀ ਤੁਹਾਡਾ? ਪ੍ਰੀਤਮ ਸਿੰਘ ਜੀ। ਕਿਹੜਾ ਪਿੰਡ ਆ ਜੀ? ਡੱਲ ਜੀ। ਅਤੇ ਤੁਸੀਂ ਕਿੰਨੀ ਜਿਹੜੀ ਉਮਰ ਕਿੰਨੀ ਹੋ ਗਈ ਤੁਹਾਡੀ? ਉਮਰ 2 ਸਾਲ ਘੱਟ ਹੋਊ, 100 ਸਾਲ ਤੋਂ। 100 ਸਾਲ ਤੋਂ 2 ਸਾਲ ਘੱਟ ਹੋਏਗੀ। ਅਤੇ ਕਿੱਥੇ ਤੁਸੀਂ ਵਿਆਹੇ, ਕਿੱਥੇ ਹੋ? ਠੱਠਾ ਸੌੜਾ। ਇਹ ਕਿੱਥੇ ਪੈਂਦਾ ਜਿਹੜਾ ਇਹ ਪਿੰਡ ਠੱਠਾ ਸੌੜਾ? ਕਾਨੇ ਕਾਛੇ ਲਾਗੇ। ਕਾਨੇ ਕਾਛੇ ਪਾਕਿਸਤਾਨ ਦੇ ਵਿੱਚ ਆ ਕਿ ਭਾਰਤ ਦੇ ਵਿੱਚ ਆ? ਪਾਕਿਸਤਾਨ 'ਚ ਆ ਉਹ। ਪਾਕਿਸਤਾਨ ਦੇ ਵਿੱਚ ਆ। ਅਤੇ ਜਦੋਂ ਵੰਡ ਹੋਈ, ਪਾਕਿਸਤਾਨ ਦੀ ਵੰਡ ਹੋਈ, ਉਦੋਂ ਤੁਹਾਡੀ ਜਿਹੜੀ ਉਮਰ ਕਿੰਨੀ ਸੀ? ਵੰਡ ਉਦੋਂ ਮੈਂ ਵੰਡ 47 'ਚ ਹੋਈ ਆ ਨਾ। ਹਾਂਜੀ। ਅਤੇ ਮੈਂ ਉਮਰ ਮੇਰੀ ਉਦੋਂ 20 ਸਾਲਾਂ ਤੋਂ ਉੱਥੇ ਹੀ ਹੋਊ। ਅੱਛਾ ਜੀ। ਉਦੋਂ ਤੁਹਾਡੀ ਸ਼ਾਦੀ ਹੋ ਗਈ ਸੀ ਕਿ ਜਾਂ ਹੋਣੀ ਸੀ? ਸ਼ਾਦੀ ਹੋਈ, ਮੇਰੇ ਘਰ ਬੱਚਾ ਵੀ ਹੈਗਾ ਸੀ। ਅੱਛਾ। ਅਤੇ ਕੀ ਉਦੋਂ ਕੀ ਕੰਮ ਕਰਦੇ ਸੀ ਤੁਸੀਂ? ਉਦੋਂ ਪਹਿਲਾਂ ਕੰਮ ਕਰਦਾ ਹਾਂ, ਫਿਰ ਮੈਂ ਵਪਾਰ ਕਰਨ ਲੱਗ ਗਿਆ। ਜਦੋਂ ਵਪਾਰ ਸ਼ੁਰੂ ਕੀਤਾ ਤਾਂ ਵਪਾਰ ਪਾਕਿਸਤਾਨ ਦੇ ਬੰਦਿਆਂ ਨਾਲ ਅਤੇ ਇੱਧਰ ਜਾਣਾ ਹੁੰਦਾ ਸੀ? ਸਾਡੇ ਖਾੜੇ ਜੀ ਜਾਣ, ਮੈਂ ਮਿਰਚਾਂ, ਝੋਨਾ, ਤੋਰੀਆਂ, ਕਪਾਹ, ਨਰਮਾ, ਜਿਹੜੀ ਸ਼ੈ ਹੁੰਦੀ ਸੀ ਉਹ ਮੈਂ ਲੈ ਲੈਂਦਾ ਹਾਂ ਅਤੇ ਖਾੜੇ ਜਾ ਕੇ ਵੇਚ ਦਿੰਦੇ ਹਾਂ। ਮਿਰਚਾਂ ਦਾ ਵਪਾਰ ਬੜਾ ਚਿਰ ਕੀਤਾ। ਮਿਰਚਾਂ ਲੈ ਜਾਣੀਆਂ, 2 ਬੋਰੀਆਂ ਲੈ ਜਾਣੀਆਂ ਸਾਈਕਲ 'ਤੇ, ਅਤੇ ਫਿਰ ਆਣ ਕੇ 2 ਫਿਰ ਲੈ ਜਾਣੀਆਂ, ਇਸ ਤਰ੍ਹਾਂ ਕਰਕੇ ਅਤੇ ਸਾਈਕਲ 'ਤੇ ਲੈ ਜਾਣੀਆਂ ਅਤੇ ਜਾ ਕੇ ਅਤੇ ਵੇਚ ਕੇ ਅਤੇ ਘਰ ਆ ਜਾਣਾ। ਕਿੱਥੇ? ਲਾਹੌਰ ਵੇਚਣ ਜਾਂਦੇ ਹੁੰਦੇ ਸੀ? ਖਾਲੜੇ। ਅਤੇ ਜਿਹੜਾ ਲਾਹੌਰ ਆ ਉਹ ਕਿੰਨੀ ਦੂਰ ਆ ਤੁਹਾਡੇ ਤੋਂ ਇੱਥੋਂ? ਉਹ ਲਾਹੌਰ ਪਤਾ, ਉੱਥੋਂ ਕਿਰਾਇਆ ਲੱਗਦਾ ਸੀ। ਮੈਂ ਘੱਟ ਹੀ ਜਾਣਾ ਹਾਂ, ਕੰਮ 'ਤੇ ਚਲੇ ਜਾਣਾ ਹਾਂ ਕਦੇ। ਲਾਹੌਰ ਤੁਸੀਂ ਕੰਮ ਸਾਈਕਲ 'ਤੇ ਜਾਂਦੇ ਹੋ ਕਿ ਤੁਰ ਕੇ? ਹੈਂ। ਤੁਰ ਕੇ ਜਾਂਦੇ ਸੀ ਕਿ ਸਾਈਕਲ 'ਤੇ ਜਾਂਦੇ ਸੀ? ਸਾਈਕਲ 'ਤੇ। ਸਾਈਕਲ 'ਤੇ। ਕੋਈ ਲਗਭਗ ਕਿੰਨਾ ਕੁ ਪੈਂਦਾ ਹੋਊ, 2-4 ਕਿਲੋਮੀਟਰ ਜਾਂ ਵੱਧ ਹੋਊ ਤੁਹਾਡੇ ਨਾਲ ਪਿੰਡ ਤੋਂ? ਜ਼ਿਆਦਾ ਹੋਊ। ਜ਼ਿਆਦਾ ਹੋਊਗਾ। ਅਤੇ ਕੋਈ ਉਸ ਟਾਈਮ ਦੇ ਜਿਹੜੇ ਬੰਦੇ ਸੀ ਪੁਰਾਣੇ, ਉਹਨਾਂ ਦੇ ਨਾਂ ਦਾ ਤੁਹਾਨੂੰ ਪਤਾ? ਕੋਈ ਤੁਹਾਡੀ ਵੀਡੀਓ ਵੇਖਦਾ ਹੋਵੇ ਜਿਸ ਤਰ੍ਹਾਂ, ਅਤੇ ਤੁਹਾਨੂੰ ਪਛਾਣ ਲਏ ਜੇ ਉਹਨਾਂ ਦਾ ਨਾਂ, ਕੋਈ ਅੱਜ ਵੀ ਉਹ ਜਿਹੜੇ ਬੰਦੇ ਆ ਜਿਉਂਦੇ ਹੋਣ? ਤੇ ਕੋਈ ਨਹੀਂ, ਜਿਉਂਦਾ ਹੋਣਾ। ਅਤੇ ਵੈਸੇ ਨਾਂ ਕੀ ਸੀ ਉਹਨਾਂ ਦੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ? ਉਹ ਵੀ ਮਰਖਾ ਕਹਿੰਦੇ ਵਿਚਾਰੇ। ਅਤੇ ਜਿਹੜੇ ਤੁਹਾਡੇ ਸਹੁਰੇ ਆ ਹੁਣ ਇੱਧਰ ਰਹਿੰਦੇ ਸੀ ਕਿ ਉੱਧਰ ਹੀ ਆ ਹੁਣ ਵੀ? ਨਹੀਂ ਨਹੀਂ, ਸਹੁਰੇ ਦੁਬਾਰਾ ਆ ਗਏ ਆ, ਉੱਧਰੋਂ ਆ ਗਏ ਸੀ। ਅੱਛਾ, ਠੀਕ। ਜਦੋਂ 47 ਹੋਈ ਆ ਉਦੋਂ ਸਾਰੇ ਉਦੋਂ ਪਾਕਿਸਤਾਨ 'ਚ ਜਦੋਂ ਜਿਹੜੇ ਆਪਣੇ ਸੀ ਉਹ ਇੱਧਰ ਆ ਗਏ, ਅਤੇ ਜਿਹੜੇ ਇੱਧਰੋਂ ਸੀ ਉਹ ਉੱਧਰ ਚਲੇ ਗਏ। ਮੁਸਲਮਾਨ ਜਿਹੜੇ ਸੀ ਇੱਧਰੋਂ ਨਿਕਲ ਕੇ ਅਤੇ ਉੱਧਰ ਚਲੇ ਗਏ। ਜਿਹੜਾ ਸਿੱਖਾਂ ਦਾ ਅਤੇ ਮੁਸਲਮਾਨਾਂ ਦਾ ਰਿਸ਼ਤਾ ਸੀ ਉਹ ਕਿਸ ਤਰ੍ਹਾਂ ਦਾ ਸੀ ਉਸ ਟਾਈਮ? ਪਿਆਰ ਵਾਲਾ ਸੀ ਕਿ ਜਾਂ ਲੜਾਈ ਝਗੜੇ ਵਾਲਾ ਸੀ? ਲੜਾਈ ਝਗੜੇ ਵਾਲਾ ਕੰਮ ਕਰਦੇ ਸੀਗੇ, ਉਹਨਾਂ ਦੀ ਪੈਲੀ ਹੈਗੀ ਸੀ। ਅੱਛਾ, ਮੁਸਲਮਾਨਾਂ ਦੀ ਵੀ ਨਹੀਂ? ਤੁਹਾਡਾ ਜਿਹੜਾ ਪ੍ਰੇਮ ਪਿਆਰ ਸੀ ਉਹਨਾਂ ਨਾਲ ਕਿ ਜਾਂ ਕਿਵੇਂ ਸੀ? ਕੰਮ ਕਰਾਉਂਦੇ ਸੀ ਜਿਹੜੇ ਸਾਥੋਂ, ਕੋਈ ਕੰਮ ਕਰਾ ਲਿਆ ਜਾਂ ਕੋਈ ਅਜੇ ਦਿਹਾੜੀ ਕਰੀ ਸੀ, 6 ਆਨੇ ਦਿਹਾੜੀ ਹੁੰਦੀ ਸੀ। ਬਾਪੂ ਜੀ ਦਾ ਕਹਿਣਾ ਵੀ 6 ਆਨੇ ਉਸ ਟਾਈਮ ਦਿਹਾੜੀ ਹੁੰਦੀ ਸੀ, ਅਤੇ ਅਸੀਂ ਹੋਰ ਜਾਣਕਾਰੀ ਲੈਂਦੇ ਬਾਪੂ ਜੀ। 4 ਆਨੇ ਮਜ਼ਦੂਰ ਦੀ ਦਿਹਾੜੀ ਹੁੰਦੀ ਸੀ, 4 ਆਨੇ ਅਤੇ 6 ਆਨੇ ਦਿਹਾੜੀ ਮੈਂ ਦੇਣਾ। ਤੁਸੀਂ ਮਿਸਤਰੀ ਦਾ ਕੰਮ ਕਰਦੇ ਸੀ? ਨਾ, ਰਾਜ ਮਿਸਤਰੀ ਦਾ।
वो लगा है हाली मैं कर रहा है काम। उदों पक्कियां इटां नाल कमरे पैंदे सीगे जां कच्चियां इटां दे सी? कच्चियां दे, कच्चियां दे, कच्चियां दे जी, पक्कियां दे जी। मैं कच्चियां बहुत कच्चे बनाउंदा ना पोस्ते। कोई उस टाइम दी जिहड़ी तुहाडी कोई तुहानूं याद होवे, जिहड़ी कोई तुहाडी जुड़ी होवे लोकां नाल, उह सांझी करो साडे नाल। उधर हाँ जी क्योंकि जिस तरह ताड़ी उम्र 100 साल के लगभग, उधर भी काफ़ी लोगों की जी ताड़े उस टाइम के जेडे होनहान परवान दे उन्हां दी उम्र भी जी लगभग 100 साल के साल कोई जींदा होगा जो तुहानू वो ना देखूगा वह कोई पुत पुत्रा तुहानू जानदा हो तो वह देखे नहीं जानते अपने जो अपने ना अपने पुत पोतरे वो नहीं मैं पछाण सकता एक वो कौन है वो कौन है निगाह नहीं। जे कदे तुहानू मौका मिले भी पाकिस्तान का जिहड़ा बार्डर खुल गया तो किस तरह की जिहड़ी तुहानू खुशी महसूस होगी जे तुहानू कोई उधर का ताड़ा हाण बेली कोई मिल पे जी? नहीं जाना उस तरह। हाँ जी बापू जी जंगा तुसी किन्नियां देखियां पाकिस्तान दे नाल? सारियां 6600 आके 65 वाली एक 1971 दी 71 दी 84 दी 84 वाली 84 वाली ते शायद जंग नहीं सी अपनी एक 1965 ते 1971 दी सी ते ओ जदो जंग लगी ते ओदो लोकां दा जेड़ा किस तरह दा माहौल सी? माहौल थोड़ा जंग दे लगी ही असीं इधर सां ओ उधर चले गए मुसलमान सारे। हाँ जी वो तो फिर बड़ियां हाँ गोले भर गए इधरों इधरों के अच्छा थे या उसे तोप लाई इतों ला के तो फिर पौ लै गए काटे वाला तो उद पता नहीं किन्ने आ जाए। ये साढ़े नाल बापू प्रीतम सिंह जी पिंड डाल तो जिन्होंने साढ़े नाल पाकिस्तान वेले दियां गल्लां सांझियां कीतियां। असीं इन्हां तों होर जानकारी लैने कि उस टाइम के जेडे लोग किस तरह के सन किस तरह के माहौल सन।